ਚੈਨਲ ਪੰਜਾਬੀ ਦੇ ਨਾਲ ਜੁੜ ਚੁੱਕੇ ਤਮਾਮ ਸਰੋਤਿਆਂ ਤੇ ਦਰਸ਼ਕਾਂ ਦਾ ਕੈਨੇਡਾ ਨਿਊਜ਼ ਦੇ ਵਿੱਚ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਸ਼ੁਰੂਆਤ ਕਰਦੇ ਆਂ ਸੁਰਖੀਆਂ ਦੇ ਨਾਲ ਜਸਵੀਰ ਕੌਰ ਪਰਮਾਰ ਦੀ ਮਿਲੀ ਲਾਸ਼ ਪੁਲਿਸ ਨੇ ਲੋਕਾਂ ਨੂੰ ਇਨਵੈਸਟੀਗੇਸ਼ਨ ਚ ਮਦਦ ਕਰਨ ਲਈ ਦਿੱਤਾ ਸੱਦਾ ਦੋ ਹਫ਼ਤਿਆਂ ਤੋਂ ਗਾਇਬ ਸੀ ਜਸਵੀਰ ਕੌਰ ਪਰਮਾਰ ਕੈਨੇਡਾ ਦੇ ਵਿੱਚ ਹੈਲਥ케ਅਰ ਕ੍ਰਾਈਸਿਸ ਨੂੰ ਲੈ ਕੇ ਪ੍ਰੀਮੀਅਰਸ ਵੱਲੋਂ ਵਿਨੀਪੈਗ ਦੇ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਕਿਹਾ ਫੈਡਰਲ ਸਰਕਾਰ ਤੇ ਪ੍ਰੀਮੀਅਰਸ ਜਲਦ ਕਰਨਗੇ ਇਸ ਵਿਸ਼ੇ ਤੇ ਮੁਲਾਕਾਤ ਬੱਚਿਆਂ ਚ ਵਧਰੇ ਫਲੂ ਦੇ ਕੇਸਾਂ ਤੋਂ ਚਿੰਤਤ ਨੇ ਡਾਕਟਰ ਕੈਨੇਡੀਅਨ ਡਾਕਟਰਸ ਐਸੋਸੀਏਸ਼ਨ ਦੇ ਵੱਲੋਂ ਸਰਕਾਰਾਂ ਨੂੰ ਜਲਦੀ ਤੋਂ ਜਲਦੀ ਕਦਮ ਚੁੱਕਣ ਦੇ ਲਈ ਕਿਹਾ ਗਿਆ ਹੁਣ ਜਾਂਦੇ ਖਬਰਾਂ ਵਿਸਤਾਰ ਦੇ ਨਾਲ ਕੁਝ ਖਬਰਾਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਚਰਚਾ ਕਮਿਊਨਿਟੀ ਦੇ ਵਿੱਚ ਕਾਫੀ ਚੱਲਦੀ ਹੈ ਅਤੇ ਇਹ ਸਾਨੂੰ ਸੋਚਣ ਲਈ ਮਜਬੂਰ ਕਰ ਦਿੰਦੀਆਂ ਨੇ ਅਜਿਹੀ ਖਬਰ ਪਿਛਲੇ ਦਿਨੀ ਸਾਹਮਣੇ ਆਈ ਸੀ ਜਸਵੀਰ ਪਰਮਾਰ ਦੀ ਗੁੰਮਸ਼ਦਗੀ ਬਾਰੇ ਜਿਸ ਦੇ ਬਾਅਦ ਕਮਿਊਨਿਟੀ 'ਚ ਇੱਕ ਵਾਰ ਮੁੜ ਤੋਂ ਕਈ ਕਿਸਮ ਦੇ ਫਿਕਰ ਖੜੇ ਹੋਏ ਸਨ ਇਸ ਮਾਮਲੇ 'ਚ ਦੁਖਦਾਈ ਖਬਰ ਅੱਜ ਆਈ ਹੈ ਕਿ ਜਸਵੀਰ ਪਰਮਾਰ ਦੀ ਲਾਸ਼ ਵੈਸਟ ਵੈਨਕੂਵਰ ਦੇ ਵਿੱਚੋਂ ਮਿਲੀ ਹੈ ਜਿਸ ਦੀ ਜਾਣਕਾਰੀ ਸਰੀ RCMP ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 23 ਸਾਲ ਦੀ ਜਸਵੀਰ ਪਰਮਾਰ ਜਿਸ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਹੈ ਸ਼ੁਰੂਆਤੀ ਜਾਂਚ ਵਿੱਚ ਅਧਿਕਾਰੀਆਂ ਦਾ ਇਹ ਹੀ ਕਹਿਣਾ ਹੈ ਕਿ ਇਸ ਮਾਮਲੇ 'ਚ ਕੋਈ ਅਪਰਾਧਿਕ ਕਾਰਵਾਈ ਨਜ਼ਰ ਨਹੀਂ ਆਉਂਦੀ ਪੁਲਿਸ ਵੱਲੋਂ ਇੱਕ ਨੰਬਰ ਜਾਰੀ ਕਰਕੇ ਲੋਕਾਂ ਤੋਂ ਵੀ ਸਹਾਇਤਾ ਇਸ ਮਾਮਲੇ 'ਚ ਮੰਗੀ ਗਈ ਹੈ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਇਸ ਮਾਮਲੇ ਬਾਰੇ ਹੈ ਤਾਂ ਉਹ 604 599 0502 ਤੇ ਕਾਲ ਕਰਕੇ ਪੁਲਿਸ ਤੱਕ ਪਹੁੰਚਦੀ ਕਰ ਸਕਦਾ ਹੈ ਕਾਬਲੇ ਗੌਰ ਹੈ ਕਿ ਪਰਮਾਰ ਨੂੰ ਆਖਰੀ ਵਾਰ 21 ਨਵੰਬਰ ਨੂੰ ਸਰੀ ਚ 133 ਸਟਰੀਟ ਅਤੇ 400 ਬਲਾਕ ਦੇ ਉੱਪਰ 골ਡ ਕਲਰ ਦੀ ਟੋਇਟਾ ਕਰੋਲਾ ਦੇ ਵਿੱਚ ਦੇਖਿਆ ਗਿਆ ਸੀ ਜਿਸ ਦੇ ਬਾਅਦ ਪਰਮਾਰ ਘਰ ਨਹੀਂ ਪਰਤੀ ਅਤੇ ਪੁਲਿਸ ਨੂੰ ਉਸ ਦੀ ਗੁੰਮਸ਼ੁਦਗੀ ਬਾਰੇ ਜਾਣਕਾਰੀ ਦਿੱਤੀ ਗਈ ਇਸ ਮਾਮਲੇ 'ਚ ਬੇਸ਼ੱਕ ਪੁਲਿਸ ਦੀ ਜਾਂਚ 'ਚ ਬਹੁਤ ਕੁਝ ਪਤਾ ਲੱਗਣਾ ਹੈ ਪਰ ਕਮਿਊਨਿਟੀ ਵਿੱਚ ਕਈ ਕਿਸਮ ਦੇ ਸਵਾਲ ਜ਼ਰੂਰ ਖੜੇ ਹੋ ਗਏ ਨੇ ਜਿਸ ਦੇ ਜਵਾਬ ਤਲਾਸ਼ਨ ਦੀ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੈਨੇਡਾ ਦੇ ਪ੍ਰੀਮੀਅਰਸ ਵੱਲੋਂ ਵਿਨੀਪੈਗ ਵਿੱਚ ਨਿਊਜ਼ ਕਾਨਫਰੰਸ ਕੀਤੀ ਗਈ ਜਿੱਥੇ ਉਹਨਾਂ ਆਖਿਆ ਕਿ ਇਸ ਸਮੇਂ ਬੱਚਿਆਂ ਦੇ ਵਿੱਚ ਫਲੂ ਦੇ ਕੇਸ ਵੱਧ ਰਹੇ ਨੇ ਤੇ ਕੋਵਿਡ-19 ਮਹਾਮਾਰੀ ਤੋਂ ਬਾਅਦ ਹੈਲਥ케ਅਰ ਸਿਸਟਮ ਦੇ ਵਿੱਚ ਵੇਟਿੰਗ ਅਤੇ ਹਸਪੀਟਲਸ ਤੇ ਉੱਪਰ ਵੱਧਦਾ ਦਬਾਅ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ। ਪ੍ਰੀਮੀਅਰਸ ਨੇ ਸਪਸ਼ਟ ਕੀਤਾ ਕਿ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਨੂੰ ਇਸ ਦੇ ਹੱਲ ਲਈ ਇੱਕੱਠੇ ਹੋ ਕੇ ਕੰਮ ਕਰਨਾ ਪਏਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੀਮੀਅਰਜ਼ ਓਟਵਾ ਵਿਖੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਮੁਲਾਕਾਤ ਵੀ ਜ਼ਰੂਰ ਕਰਨਗੇ ਤਾਂ ਜੋ ਦੇਸ਼ ਦੇ ਲੋਕਾਂ ਨੂੰ ਇਹ ਲੱਗੇ ਕਿ ਸਰਕਾਰਾਂ ਹੈਲਥ케ਅਰ 'ਚ ਸੁਧਾਰ ਦੇ ਲਈ ਕੁਝ ਕਰ ਰਹੀਆਂ ਨੇ ਕਾਬਿਲ ਗੌਰ ਹੈ ਕਿ ਬੱਚਿਆਂ ਦੇ ਹਸਪਤਾਲਾਂ ਦੀ ਹਾਲਤ ਅਤੇ ਇਸ ਦੇ ਕਾਰਨਾਂ ਉੱਪਰ ਵੀ ਗੱਲਬਾਤ ਕੀਤੀ ਗਈ ਹੈ ਬੱਚਿਆਂ ਦੇ ਬਿਮਾਰ ਪੈਣ ਤੇ ਵੱਧ ਰਹੇ ਸਿਲਸਲੇ ਕਾਰਨ ਬੱਚਿਆਂ ਦੇ ਹਸਪਤਾਲਾਂ ਨੂੰ ਕਾਫੀ ਜਦੋ-ਜਹਿਦ ਕਰਨੀ ਪੈ ਰਹੀ ਹੈ ਦੇਸ਼ ਭਰ ਦੇ ਹਸਪਤਾਲਾਂ ਨੂੰ ਕੁਝ ਸਰਜਰੀਆਂ ਤੇ ਕੁਝ ਅਪੁਆਇੰਟਮੈਂਟਸ ਰੱਦ ਤੱਕ ਕਰਨੀਆਂ ਪੈ ਰਹੀਆਂ ਨੇ ਕਿਉਂਕਿ ਬੱਚਿਆਂ ਦੇ ਹਸਪਤਾਲ ਦਾਖਲ ਹੋਣ ਦੇ ਸਿਲਸਲੇ 'ਚ ਵਾਧਾ ਹੋਇਆ ਤੇ ਹਸਪਤਾਲਾਂ ਨੂੰ ਆਪਣੇ ਸਟਾਫ ਨੂੰ ਮੁੜ ਤੋਂ ਹਦਾਇਤਾਂ ਨਵੀਆਂ ਦੇਣੀਆਂ ਪਈਆਂ ਨੇ ਹਸਪਤਾਲਾਂ 'ਚ ਕਈ ਅਸਾਮੀਆਂ ਖਾਲੀ ਪਈਆਂ ਨੇ ਤੇ ਅਜਿਹੇ 'ਚ ਬੱਚਿਆਂ 'ਚ ਸਾਹ ਦੀ ਬਿਮਾਰੀ ਆਰਐਸਵੀ ਅਤੇ ਇਨਫਲੂਐਂਜ਼ਾ ਅਤੇ ਕੋਵਿਡ-19 ਦੇ ਮਾਮਲੇ ਵੀ ਜ਼ਿਆਦਾ ਪਾਏ ਜਾ ਰਹੇ ਨੇ ਓਟਵਾ ਵਿੱਚ ਸਟਾਫ ਦੀ ਘਾਟ ਕਰਕੇ ਕੈਨੇਡੀਅਨ রেড ਕ੍ਰਾਸ ਦੇ ਕਰਮਚਾਰੀਆਂ ਦੀਆਂ ਦੋ ਟੀਮਾਂ ਚਿਲਡਰਨਸ ਹਸਪੀਟਲਸ ਆਫ ਈਸਟਰਨ 온ਟਾਰੀਓ ਵਿੱਚ ਬਦਲਮੀਆਂ ਓਵਰਨਾਈਟ ਸ਼ਿਫਟਾਂ ਕਰਕੇ ਸਟਾਫ ਨੂੰ ਸਾਹ ਦਵਾ ਰਹੇ ਨੇ ਇੱਥੇ ਹੀ ਬਸ ਨਹੀਂ ਹਾਲਾਤ ਇੱਥੋਂ ਤੱਕ ਮਾੜੇ ਨੇ ਕਿ ਕਈ ਮਰੀਜ਼ਾਂ ਨੂੰ ਤਾਂ ਬਾਲਗਾਂ ਵਾਲੀਆਂ ਹੈਲਥ케ਅਰ ਫੈਸਿਲਿਟੀਆਂ ਵਿੱਚ ਇਲਾਜ ਲਈ ਭੇਜਿਆ ਜਾ ਰਿਹਾ ਹੈ ਕੈਲਗਰੀ ਦੇ ਇੱਕ ਪੀਡੀਆਟ੍ਰਿਕ ਕਲੀਨਿਕ ਨੂੰ ਆਰਜੀ ਤੌਰ ਤੇ ਬੰਦ ਕਰ ਦਿੱਤਾ ਗਿਆ ਕਿਉਂਕਿ ਸਟਾਫ ਨੂੰ ਬੱਚਿਆਂ ਦੇ ਹਸਪਤਾਲ 'ਚ ਭੇਜਣਾ ਪਿਆ। ਦੇਸ਼ ਭਰ 'ਚ ਹੈਲਥ케ਅਰ ਦੀ ਮਾੜੀ ਹਾਲਤ ਨੂੰ ਵੇਖਦਿਆਂ ਇਸ ਵਿੱਚ ਸੁਧਾਰ ਦੇ ਬਾਰੇ ਚਰਚਾ ਪ੍ਰੀਮੀਅਰਸ ਵੱਲੋਂ ਸ਼ੁਰੂ ਕੀਤੀ ਗਈ ਹੈ ਪਰ ਦੇਖਦੇ ਹਾਂ ਕਿ ਇਸ ਦਾ ਹੱਲ ਕਦੋਂ ਨਿਕਲਦਾ ਕਿਉਂਕਿ ਇਸ ਸਮੇਂ ਕੈਨੇਡਾ ਦੇ ਵਿੱਚ ਹੈਲਥ케ਅਰ ਬਾਕੀ ਮੁੱਦਿਆਂ ਦੇ ਮੁਕਾਬਲੇ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ। ਤੇ ਜਿੱਥੇ ਪ੍ਰੀਮੀਅਰਸ ਵੱਲੋਂ ਮੀਟਿੰਗ ਤੇ ਪ੍ਰੈਸ ਕਾਨਫਰੰਸ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਬੱਚਿਆਂ 'ਚ ਵਧ ਰਹੇ ਫਲੂ ਤੋਂ ਚਿੰਤਤ ਕੈਨੇਡੀਅਨ ਡਾਕਟਰਸ ਵੱਲੋਂ ਵੀ ਸਰਕਾਰ ਨੂੰ ਜਲਦੀ ਤੋਂ ਜਲਦੀ ਕੋਈ ਨਾ ਕੋਈ ਐਕਸ਼ਨ ਲੈਣ ਦੇ ਲਈ ਆਖਿਆ ਜਾ ਰਿਹਾ ਹੈ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਜਾਰੀ ਕੀਤੇ ਗਏ ਬਿਆਨ 'ਚ ਕਿਹਾ ਗਿਆ ਹੈ ਕਿ ਬੱਚੇ ਸਰਦੀ ਦੇ ਇਸ ਮੌਸਮ ਵਿੱਚ ਇਨਫਲੂਐਂZA, RSV ਤੇ ਕੋਵਿਡ-19 ਕਾਰਨ ਵੱਡੀ ਗਿਣਤੀ 'ਚ ਬਿਮਾਰ ਹੋ ਰਹੇ ਨੇ ਤੇ ਬੱਚਿਆਂ ਨੂੰ ਸਹਿਤਜਾਬ ਕਰਨ ਵਿੱਚ ਹੈਲਥ케ਅਰ ਵਰਕਰਸ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀਐਮਏ ਨੇ ਆਖਿਆ ਕਿ ਸਰਜਰੀਜ਼ ਲਈ ਲੰਮਾ ਉਡੀਕ ਸਮਾਂ ਹੋਣ ਕਰਕੇ ਡਾਇਗਨੋਸਟਿਕ ਇਮੇਜਿੰਗ ਅਤੇ ਮੈਂਟਲ ਹੈਲਥ ਸਵਾਮਾ ਲਈ ਉਡੀਕ ਕਰਨ ਦੇ ਵਿੱਚ ਬਾਲਗਾਂ ਨਾਲੋਂ ਬੱਚੇ ਵਧੇਰੇ ਪ੍ਰਭਾਵਿਤ ਹੋ ਰਹੇ ਨੇ ਬੀਸੀਡੀ ਪ੍ਰੋਵਿੰਸ਼ੀਅਲ ਹੈਲਥ ਆਫੀਸਰ ਡਾਕਟਰ ਬੋਨੀ ਹੈਨਰੀ ਨੇ ਇੱਕ ਬਿਆਨ ਵਿੱਚ ਆਖਿਆ ਕਿ ਇਸ ਸਾਲ ਫਲੂ ਸਟ੍ਰੇਨ ਐਚ3ਐਨ2 ਕਾਰਨ ਬੱਚੇ ਵਧੇਰੇ بیمار ਪੈ ਰਹੇ ਨੇ ਅਧਿਆਪਕਾਂ ਅਨੁਸਾਰ ਇਸ ਵਾਰੀ ਬਿਮਾਰ ਰਹਿਣ ਕਾਰਨ ਬੱਚਿਆਂ ਦੀ ਸਕੂਲਾਂ 'ਚ ਹਾਜ਼ਰੀ ਵੀ ਘਟੀ ਹੈ। ਉਡੀਕ ਦਾ ਸਮਾਂ ਲੰਮਾ ਹੋਣ ਕਰਕੇ ਕਲੀਨਿਕਸ 'ਚ ਭੀੜ ਹੋਣ ਕਾਰਨ ਕੁਝ ਮਾਪੇ RSV ਟੈਸਟਿੰਗ ਪ੍ਰਾਈਵੇਟ ਤੌਰ ਤੇ ਵੀ ਕਰਵਾ ਰਹੇ ਨੇ। ਸੀਐਮਏ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਉਹ ਸਟਾਫ ਦੀ ਘਾਟ ਨੂੰ ਪੂਰਾ ਕਰੇ ਅਤੇ ਹੈਲਥ케ਅਰ ਸਿਸਟਮ ਦੇ ਕਈ ਅਹਿਮ ਮੁੱਦਿਆਂ ਨੂੰ ਜਲਦ ਤੋਂ ਜਲਦ ਸੁਧਾਰੇ। ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਫੈਡਰੇਸ਼ਨ ਆਫ ਲੇਬਰ ਵੱਲੋਂ ਵੀ ਫਲੂ ਦੇ ਵਧ ਰਹੇ ਕੇਸਾਂ ਦੌਰਾਨ 15 ਦਿਨ ਦੀ ਪੇਡ ਸਿੱਕਲੀਬ ਮੰਗੀ ਗਈ ਹੈ ਦੂਜੇ ਪਾਸੇ ਪ੍ਰੀਮੀਅਰਸ ਦੀ ਗੱਲ ਕਰੀਏ ਤਾਂ ਪ੍ਰੀਮੀਅਰਸ ਵੀ ਇਸ ਮਸਲੇ ਦੇ ਉੱਪਰ ਗੰਭੀਰਤਾ ਦਿਖਾਉਂਦੇ ਹੋਏ ਦਿਖਾਈ ਦਿੱਤੇ ਜਿਨ੍ਹਾਂ ਸਿੱਧੇ ਰੂਪ 'ਚ ਇਹ ਕਿਹਾ ਕਿ ਬਜਟ ਦਾ ਵੱਡਾ ਹਿੱਸਾ ਹੈਲਥ케ਅਰ ਤੇ ਖਰਚਿਆ ਜਾ ਰਿਹਾ ਪਰ ਜ਼ਰੂਰਤ ਦੇ ਅਨੁਸਾਰ ਵੱਡੇ ਕਦਮ ਪੁੱਟਣ ਦੇ ਲਈ ਫੈਡਰਲ ਸਰਕਾਰ ਦੇ ਨਾਲ ਸਾਂਝੀ ਰਣਨੀਤੀ ਬਣਾਉਣੀ ਪਵੇਗੀ ਤੇ ਦੂਜੇ ਪਾਸੇ ਕੈਨੇਡੀਅਨ ਡਾਕਟਰਸ ਐਸੋਸੀਏਸ਼ਨ ਵੀ ਕਾਫੀ ਪਰੇਸ਼ਾਨ ਦਿਖਾਈ ਦੇ ਰਹੀ ਹੈ ਬ੍ਰਿਟਿਸ਼ ਕੋਲੰਬੀਆ ਤੇ ਖਾਸ ਕਰ ਲੋਅਰ ਮੇਨਲੈਂਡ ਦੇ ਵਿੱਚ ਡਰੱਗੇ ਸਮੇ ਇੱਕ ਵੱਡੀ ਸਮੱਸਿਆ ਹੈ ਤੇ ਡਰੱਗ ਓਵਰਡੋਸ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਅਤੇ ਘਟਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ BC ਐਂਟੀ ਗੈਂਗ ਯੂਨਿਟ ਦੁਆਰਾ ਲੰਮੀ ਜਾਂਚ ਤੋਂ ਬਾਅਦ ਸੱਤ ਨਸ਼ਾ ਤਸਕਰਾਂ ਵਿਰੁੱਧ 2 ਦਰਜਣ ਚਾਰਜਸ ਲਗਾਏ ਗਏ ਨੇ ਜਿਨ੍ਹਾਂ 'ਚੋਂ 5 ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ 2 ਦੇ ਵਾਰੰਟ ਜਾਰੀ ਕੀਤੇ ਗਏ ਨੇ BC ਸੰਯੁਕਤ ਟਾਸਕ ਫੋਰਸ ਐਨਫੋਰਸਮੈਂਟ ਯੂਨਿਟ ਨੇ ਦੱਸਿਆ ਕਿ ਦੋ ਸ਼ੱਕੀ ਰੋਮਨ ਅਤੇ ਲੋਕਾਸ ਟੈਸੋਨ ਵਾਰੰਟਾਂ ਉੱਤੇ ਲੋੜੀ ਦੇ ਨੇ ਯੂਨਿਟ ਵੱਲੋਂ 2020 ਦੇ ਵਿੱਚ ਇਸ ਜਾਂਚ ਦੀ ਸ਼ੁਰੂਆਤ ਕੀਤੀ ਗਈ ਸੀ ਕਿ ਓਕਗਨਾਗ ਅਤੇ ਲੋਅਰ ਮੇਨਲੈਂਡ ਦੇ ਵਿੱਚ ਗੈਂਗ ਨਸ਼ਾ ਤਸਕਰੀ ਕਿਸ ਢੰਗ ਦੇ ਨਾਲ ਕਰ ਰਿਹਾ ਹੈ ਜਿਸ ਦੇ ਬਾਅਦ ਲੰਮੀ ਜਾਂਚ ਚੱਲੀ ਤੇ ਆਖਰਕਾਰ ਪੁਲਿਸ ਨੂੰ ਕਾਮਯਾਬੀ ਹਾਸਲ ਹੋਈ। ਖਾਸ ਗੱਲ ਇਹ ਹੈ ਕਿ ਸਤੰਬਰ 2020 ਅਤੇ ਜੁਲਾਈ 2021 ਦੇ ਵਿੱਚ ਇੱਕ ਦਰਜਨ ਸਰਚ ਵਾਰੰਟਾਂ ਨੇ ਲਗਭਗ 650000 ਡਾਲਰ ਦੀ ਨਕਦੀ ਜ਼ਬਤ ਕੀਤੀ ਹੈ 2 ਕਿਲੋ ਤੋਂ ਉੱਪਰ ਕੋਕੀਨ 2 ਕਿਲੋ ਤੋਂ ਉੱਪਰ ਫੈਂਟਨਲ ਅਤੇ ਬਹੁਤ ਸਾਰੇ ਹਥਿਆਰ ਇਸ ਗੈਂਗ ਤੋਂ ਬਰਾਮਦ ਕੀਤੇ ਗਏ ਨੇ ਕਾਬਲੇ ਗੌਰ ਹੈ ਕਿ ਬ੍ਰਿਟਿਸ਼ ਕ hẳnਵੀਆ ਸਰਕਾਰ ਵੱਲੋਂ ਡਰੱਗਸ ਦੀ ਸਮੱਸਿਆ ਨੂੰ ਐਮਰਜੈਂਸੀ ਐਲਾਨਿਆ ਹੋਇਆ ਹੈ ਤੇ ਸਰਕਾਰ ਅਤੇ ਪੁਲਿਸ ਫੋਰਸਸ ਵੱਲੋਂ ਇਸ ਅਲਾਮਤ ਨੂੰ ਖਤਮ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਜ਼ਰੂਰਤ ਹੈ ਕਿ ਨਸ਼ਾ ਤਸਕਰਾਂ ਦੇ ਖਾਤਮੇ ਲਈ ਹੋਰ ਟੀਮਾਂ ਬਣਾ ਕੇ ਜਾਂਚ ਵਿੱਢੀ ਜਾਵੇ ਤਾਂ ਜੋ ਨਸ਼ਿਆਂ ਦੇ ਪ੍ਰਸਾਰ ਅਤੇ ਡਰੱਗ ਓਵਰਡੋਸ ਦੇ ਨਾਲ ਹੋ ਰਹੀਆਂ ਮੌਤਾਂ ਨੂੰ ਰੋਕਿਆ ਜਾ ਸਕੇ ਫਿਲਹਾਲ ਪ੍ਰੋਵਿੰਸ਼ੀਅਲ ਅਤੇ ਫੈਡਰਲ ਸਰਕਾਰ ਇਸ ਵਿਸ਼ੇ ਤੇ ਮਿਲ ਕੇ ਕੰਮ ਕਰਦੀ ਨਜ਼ਰ ਆ ਰਹੀ ਹੈ ਜਿਸ ਦੇ ਸਾਰਥਿਕ ਸਿੱਟੇ ਵੀ ਨਿਕਲ ਰਹੇ ਨੇ ਪਰ ਪ੍ਰਵਿੰਸ ਵਾਸੀ ਇਸ ਮੁੱਦੇ ਤੇ ਤੇਜ਼ੀ ਦੇ ਨਾਲ ਕੰਮ ਹੁੰਦਾ ਦੇਖਣਾ ਚਾਹੁੰਦੇ ਨੇ ਕੈਨੇਡਾ ਦੇ ਚੋਟੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਕਿ 2019 ਦੀਆਂ ਫੈਡਰਲ ਚੋਣਾਂ ਵਿੱਚ ਕਿਸੇ ਵੀ ਉਮੀਦਵਾਰ ਨੇ ਚੀਨੀ ਸਰਕਾਰ ਤੋਂ ਆਰਥਿਕ ਸਹਾਇਤਾ ਪ੍ਰਾਪਤ ਕੀਤੀ ਸੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਖੁਫੀਆ ਤੇ ਵਿਦੇਸ਼ ਖਤਰਿਆਂ ਬਾਰੇ ਸਲਾਹ ਦੇਣ ਵਾਲੀ ਜੋੜੀ ਥਾਮਸ ਨੇ ਹਾਊਸ ਆਫ ਕਾਮਨਸ ਦੀ ਡਿਫੈਂਸ ਕਮੇਟੀ ਦੇ ਸਾਹਮਣੇ ਗਵਾਹੀ ਦਿੱਤੀ ਹੈ ਥਾਮਸ ਆਰਟਿਕਟ ਸੁਰੱਖਿਆ ਬਾਰੇ ਕਮੇਟੀ ਦੇ ਸਵਾਲਾਂ ਦੇ ਜਵਾਬ ਦੇਣ ਲਈ ਪੇਸ਼ ਹੋਏ ਸੀ ਪਰ ਕੰਜ਼ਰਵੇਟਿਵ ਨੇ ਗਲੋਬਲ ਐਂਡ ਮੇਲ ਦੁਆਰਾ ਰਿਪੋਰਟ ਕੀਤੀ ਕਿ ਖਬਰ ਜਿਸ ਵਿੱਚ ਚੀਨ ਦੁਆਰਾ ਕੈਨੇਡੀਅਨ ਰਾਜਨੀਤੀ 'ਚ ਦਖਲ ਦੇਣ ਦੀ ਗੱਲ ਕਹੀ ਸੀ ਦਾ ਹਵਾਲਾ ਦੇ ਕੇ ਸਵਾਲ ਕੀਤੇ ਦਖਲਅੰਦਾਜ਼ੀ ਵਿੱਚ ਕਥਤ ਤੌਰ ਤੇ ਘੱਟੋ ਘੱਟ 11 ਉਮੀਦਵਾਰਾਂ ਨੂੰ ਚੀਨੀ ਸਰਕਾਰ ਦੁਆਰਾ ਫੰਡਿੰਗ ਦੀ ਗੱਲ ਸਾਹਮਣੇ ਆਈ ਸੀ ਜੋੜੀ ਥਾਮਸ ਨੇ ਕਿਹਾ ਕਿ ਜੋ ਤੁਸੀਂ ਪੜਿਆ ਉਹ ਸਿਰਫ ਖ਼ਬਰੀ ਕਹਾਣੀਆਂ ਹਨ ਇਸ ਤੋਂ ਪਹਿਲਾਂ RCMP ਕਮਿਸ਼ਨਰ ਬ੍ਰੈਂਡਾ ਲੱਕੀ 2019 ਦੀਆਂ ਫੈਡਰਲ ਚੋਣਾਂ ਦੌਰਾਨ ਵਿਦੇਸ਼ੀ ਦਖਲਅੰਦਾਜ਼ੀ ਦੇ ਕੋਈ ਸਬੂਤ ਨਾ ਮਿਲਣ ਦੀ ਗੱਲ ਆਖ ਚੁੱਕੇ ਨੇ ਲਕੀ ਨੇ ਕਿਹਾ ਸੀ ਕਿ RCMP ਵੱਲੋਂ ਕਿਸੇ ਅਪਰਾਧਿਕ ਗਤੀਵਿਧੀਆਂ ਦੀ ਜਾਂਚ ਨਹੀਂ ਕੀਤੀ ਜਾ ਰਹੀ ਸੀ ਥਾਮਸ ਨੇ ਕਿਹਾ ਕਿ ਚੋਣਾਂ ਵਿੱਚ ਦਖਲਅੰਦਾਜ਼ੀ ਬਾਰੇ ਸਿਰਫ ਇੱਕ ਖਬਰ ਸਾਹਮਣੇ ਆਈ ਸੀ ਜਦਕਿ ਉਸ 'ਚ ਸੱਚਾਈ ਨਹੀਂ ਸੀ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਜਾਣੂ ਕਰਵਾਇਆ ਗਿਆ ਥਾਮਸ ਨੇ ਕਿਹਾ ਕਿ ਉਹ ਵਿਦੇਸ਼ੀ ਰਾਜਨੀਤੀਕ ਦਖਲਅੰਦਾਜ਼ੀ ਦੀ ਸੰਭਾਵਨਾ ਨੂੰ ਲੈ ਕੇ ਚਿੰਤਤ ਹੈ ਤੇ ਉਹਨਾਂ ਇਸ ਰਿਪੋਰਟ ਦਾ ਮੰਥਨ ਕਰਨ ਤੋਂ ਜਾਂ ਖੰਡਨ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਹੇ ਹੈ ਕਿ ਪ੍ਰਧਾਨ ਮੰਤਰੀ ਨੂੰ ਕੀਤੀ ਗਈ ਰਿਪੋਰਟ ਅਤੇ ਪ੍ਰੈਸ ਵਿੱਚਲੀ ਰਿਪੋਰਟ ਬਾਰੇ ਇੱਕ ਧੁੰਦਲਾ ਪਾਣਾ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਤੇ ਮੈਂ ਇਸ ਦਾ ਕੋਈ ਜਾਂਚ ਨਹੀਂ ਕਰ ਰਹੀ ਕਿ ਕੀ ਪੀਪਲਸ ਰਿਪਬਲਿਕ ਆਫ ਚਾਈਨਾ ਦੇ ਏਜੰਟ ਚ ਉਹਨਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਸਰਗਰਮੀ ਨਾਲ ਕੋਸ਼ਿਸ਼ ਕਰਦੇ ਨੇ ਜਾਂ ਨਹੀਂ ਇਹ ਹਾਲੇ ਵੀ ਇੱਕ ਸਵਾਲ ਹੈ। ਕਿਊਬਿਕ ਦੀ ਲੈਜਿਸਲੇਚਰ ਵੱਲੋਂ ਹੁਣ ਸਾਰੇ ਚੁਣੇ ਹੋਏ ਨੁਮਾਇੰਦਿਆਂ ਨੂੰ ਕਿੰਗ ਚਾਰਲਸ ਪ੍ਰਤੀ ਵਫਾਦਾਰੀ ਦੀ ਸਹੁੰ ਚੁੱਕਣ ਤੋਂ ਫਾਰਗ ਕਰ ਦਿੱਤਾ ਗਿਆ ਹੁਣ ਕਿਊਬਿਕ ਦੇ ਵਿੱਚ ਕਿੰਗ ਚਾਰਲਸ ਪ੍ਰਤੀ ਵਫਾਦਾਰੀ ਦੀ ਸਹੁੰ ਚੁੱਕਣੀ ਜ਼ਰੂਰੀ ਜਾਂ ਲਾਜ਼ਮੀ ਨਹੀਂ ਹੈ ਕਿਉਂਕਿ ਇੱਕ ਬਿੱਲ ਲਿਆ ਕੇ ਇਸ ਵਿੱਚ ਬਦਲਾਅ ਕੀਤਾ ਗਿਆ ਪਰ ਕਿਊਬਿਕ ਦੇ ਲੋਕਾਂ ਪ੍ਰਤੀ ਵਫਾਦਾਰੀ ਦੀ ਸਹੁੰ ਮੈਂਬਰ ਆਫ ਨੇਸ਼ਨ ਅਸੈਂਬਲੀ ਨੂੰ ਚੁੱਕਣੀ ਪਵੇਗੀ ਸਤਾਧਰ ਸੀਏਕਯੂ ਪਾਰਟੀ ਵੱਲੋਂ ਇਸ ਬਿੱਲ ਨੂੰ ਲੈਜਿਸਲੇਚਰ ਦੇ ਵਿੱਚ ਲਿਆਂਦਾ ਗਿਆ ਕਿਉਂਕਿ ਲੰਘੇ ਹਫਤੇ ਕਿੰਗ ਚਾਰਲਸ ਪ੍ਰਤੀ ਵੀ ਵਫਾਦਾਰੀ ਦੀ ਸੌ ਨਾ ਚੁੱਕਣ ਵਾਲੇ ਪਾਰਟੀ ਬਲੈਕ ਕਯੂਬਿਕਵਾ ਦੇ ਤਿੰਨ ਐਮਐਨਏਜ਼ ਨੂੰ ਕਯੂਬਿਕ ਅਸੈਂਬਲੀ ਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਸੀ ਇਸ ਤੋਂ ਪਹਿਲਾਂ ਕਿ ਮੈਂਬਰ ਆਫ ਨੈਸ਼ਨਲ ਅਸੈਂਬਲੀ ਨੂੰ ਕਯੂਬਿਕ ਦੇ ਲੋਕਾਂ ਦੇ ਨਾਲ-ਨਾਲ ਕਿੰਗ ਚਾਰਲਸ ਪ੍ਰਤੀ ਵੀ ਵਫਾਦਾਰੀ ਦੀ ਸੌ ਚੁੱਕਣੀ ਲਾਜ਼ਮੀ ਸੀ 8 ਸਤੰਬਰ ਨੂੰ ਮਹਾਰਾਣੀ ਐਲਿਜ਼ਾਬੈਥ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਬੇਟੇ ਕਿੰਗ ਚਾਰਲਸ ਯੂਕੇ ਦੇ ਰਾਜਾ ਅਤੇ 14 ਹੋਰ ਦੇਸ਼ਾਂ ਦੇ ਰਾਜਮੁਖੀ ਬਣੇ ਨੇ ਜਿਨ੍ਹਾਂ ਵਿੱਚ ਕੈਨੇਡਾ ਵੀ ਸ਼ਾਮਲ ਹੈ 3 ਅਕਤੂਬਰ ਨੂੰ ਕਿਊਬਿਕ ਵਿੱਚ ਸਵੇਾਈ ਚੋਣਾਂ ਤੋਂ ਬਾਅਦ ਪਾਰਟੀ ਬਲੈਕ ਕਿਊਬਿਕਾ ਦੇ ਲੀਡਰ ਸੇਂਟ ਪੀਅਰ ਪਲੇਮੰਡਨ ਨੇ ਕਿਹਾ ਸੀ ਕਿ ਉਹ ਅਤੇ ਉਹਨਾਂ ਦੇ ਦੋ ਹੋਰ ਸਾਥੀ ਕਿੰਗ ਚਾਰਲਸ ਪ੍ਰਤੀ ਵਫਾਦਾਰੀ ਦੀ ਸੌ ਨਹੀਂ ਚੁੱਕਣਗੇ ਇਸ ਤੋਂ ਬਾਅਦ ਕਿਊਬਿਕ ਸੋਲਿਡਅਰ ਦੇ 11 ਚੁਣੇ ਹੋਏ ਨੁਮਾਇੰਦਿਆਂ ਨੇ ਵੀ ਰਾਜੇ ਪ੍ਰਤੀ ਵਫਾਦਾਰੀ ਦੀ ਸੌਂ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ ਕਾਬਲੇ ਗੌਰ ਹੈ ਕਿ ਅਜਿਹਾ ਕਰਨ ਵਾਲਾ ਕਿਊਬਿਕ ਕੈਨੇਡਾ ਦਾ ਪਹਿਲਾ ਸੂਬਾ ਬਣ ਗਿਆ ਬਲੈਕ ਕਿਊਬਿਕਵਾ ਦੇ ਲੀਡਰ ਸੰਸਦ ਵਿੱਚ ਵੀ ਰਾਜਸ਼ਾਹੀ ਖਤਮ ਕਰਨ ਦੀ ਮੰਗ ਕਰ ਚੁੱਕੇ ਨੇ ਅਤੇ ਹੁਣ ਉਹਨਾਂ ਦੀ ਪਾਰਟੀ ਦੇ ਦਬਾਅ ਹੇਠ ਹੀ ਕਿਊਬਿਕ ਸਰਕਾਰ ਨੂੰ ਵੀ ਇਹ ਫੈਸਲਾ ਲੈਣਾ ਪਿਆ ਪਾਵਰ ਲਿਫਟਿੰਗ ਦੇ ਵਿੱਚ ਸੰਦੀਪ ਸੈਂਡੀ ਜਿਹੜੀ ਕਿ ਪੰਜਾਬੀ ਮੂਲ ਦੀ ਇੱਕ ਲੜਕੀ ਹੈ ਉਸ ਵੱਲੋਂ ਵਧੀਆ ਪ੍ਰਦਰਸ਼ਨ ਕੀਤਾ ਜਾ ਰਿਹਾ ਪਾਵਰ ਲਿਫਟਿੰਗ ਦੇ ਵਿੱਚ ਕਿਸ ਤਰ੍ਹਾਂ ਦਾ ਉਹਨਾਂ ਦਾ ਸਫਰ ਰਿਹਾ ਅਤੇ ਕੀ ਪੰਜਾਬੀ ਮੂਲ ਦੀਆਂ ਕੁੜੀਆਂ ਪਾਵਰ ਲਿਫਟਿੰਗ ਦੇ ਵਿੱਚ ਆਉਣ ਦੇ ਲਈ ਪਹੁੰਚ ਬਣਾ ਰਹੀਆਂ ਨੇ ਇਸ ਬਾਰੇ ਚੈਨਲ ਪੰਜਾਬੀ ਵੱਲੋਂ ਉਹਨਾਂ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਹੈ ਦੋਸਤੋ ਚੈਨਲ ਪੰਜਾਬੀ ਤੇ ਤੁਹਾਡਾ ਸਦਾ ਸਵਾਗਤ ਹੈ ਪਾਵਰ ਲਿਫਟਿੰਗ ਦੇ ਵਿੱਚ ਇੱਕ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਧੀ ਲੜਕੀ ਜਿਹੜੀ ਆ ਉਹ ਬਹੁਤ ਵਧੀਆ ਪਰਫਾਰਮੈਂਸ ਦੇ ਰਹੀ ਹੈ ਚੰਗੀ ਪਲੇਅਰ ਹੈ ਤਾਂ ਉਹਨਾਂ ਦੀ ਜਰਨੀ ਬਾਰੇ ਅੱਜ ਉਹਨਾਂ ਤੋਂ ਪੁੱਛਾਂਗੇ ਸੰਦੀਪ ਸੈਂਡੀ ਜਿਨ੍ਹਾਂ ਦਾ ਨਾਮ ਹੈ ਤੇ ਕਿਹੜੇ-ਕਿਹੜੇ ਕੰਪੀਟੀਸ਼ਨਸ ਦੇ ਵਿੱਚ ਉਹਨਾਂ ਨੇ ਪਾਰਟਿਸਿਪੇਟ ਕੀਤਾ ਹੈ ਤੇ ਕੀ ਜਿੱਤ ਹਾਸਲ ਕੀਤੀ ਹੈ ਕੁੜੀਆਂ ਦੇ ਲਈ ਕੀ ਚੈਲੰਜਸ ਖਾਸ ਕਰਕੇ ਸਾਡੀ ਕਮਿਊਨਿਟੀ ਦੇ ਵਿੱਚ ਇਸ ਗੇਮ ਨੂੰ ਲੈ ਕੇ ਹੈਗੇ ਨੇ ਤਮਾਮ ਇਸ਼ੂਸ ਤੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਵੈਲਕਮ ਟੂ ਚੈਨਲ ਪੰਜਾਬੀ ਥੈਂਕ ਯੂ ਸੋ ਮਚ ਐਂਡ ਤੁਸੀਂ ਜਦੋਂ ਪਾਵਰ ਲਿਫਟਿੰਗ ਸਟਾਰਟ ਕੀਤੀ ਹੈ ਕਦੋਂ ਤੁਸੀਂ ਸਟਾਰਟ ਕੀਤੀ ਇਹਦੀ ਟ੍ਰੇਨਿੰਗ ਤੇ ਕਿਹੜੇ-ਕਿਹੜੇ ਕੰਪੀਟੀਸ਼ਨਸ ਦੇ ਵਿੱਚ ਤੁਸੀਂ ਪਾਰਟਿਸਿਪੇਟ ਕੀਤਾ ਤੇ ਕਿਹੜੇ ਕੰਪੀਟੀਸ਼ਨਸ ਜਿਹੜੇ ਨੇ ਉਹ ਵਿਨ ਕੀਤੇ ਨੇ ਸੋ ਇਹ ਮੇਰਾ ਫਰਸਟ ਪਾਵਰ ਲਿਫਟਿੰਗ ਦਾ ਕੰਪੀਟੀਸ਼ਨ ਸੀਗਾ ਜਿਹੜਾ ਕਿ ਮੈਂ ਟ੍ਰੇਨਿੰਗ 8 ਵੀਕਸ ਪਹਿਲਾਂ ਸਟਾਰਟ ਕੀਤੀ ਆ ਪਹਿਲਾਂ ਮੈਂ ਸਿਰਫ ਨਾਰਮਲ ਜਿਮ ਕਰਦੀ ਹੁੰਦੀ ਸੀਗੀ ਸੋ ਮੋਸਟ ਆਫ ਪੀਪਲ ਮੈਨੂੰ ਇਹੀ ਕਹਿੰਦੇ ਹੁੰਦੇ ਸੀਗੇ ਕਿ ਤੂੰ ਕੁਝ ਟਰਾਈ ਕਰ ਬਾਡੀ ਬਿਲਡਿੰਗ ਵਾਲ ਟਰਾਈ ਕਰ ਪਰ ਬਾਡੀ ਬਿਲਡਿੰਗ ਵਾਲ ਮੇਰਾ ਬਿਲਕੁਲ ਧਿਆਨ ਨਹੀਂ ਸੀਗਾ ਸੋ ਮੈਂ ਆਲਵੇਸ ਪਾਵਰ ਲਿਫਟਿੰਗ ਕਰਨਾ ਚਾਹੁੰਦੀ ਸੀ ਇਟ ਵਾਸ ਮਾਈ ਫਰਸਟ ਕੰਪੀਟੀਸ਼ਨ ਸੋ ਇਟ ਵਾਸ ਇਨ ਵਿਕਟੋਰੀਆ ਸੋ ਮੈਨੂੰ ਸਿਰਫ ਇਸ ਚੀਜ਼ ਦਾ ਬਹੁਤ ਮਾਣਾ ਕਿ ਮੈਂ ਆ ਵਾਸ ਦਾ ਓਨਲੀ ਪੰਜਾਬੀ ਗਰਲ ਥੇਰ ਸੋ ਮੇਰੇ ਜਿਹੜੀਆਂ ਕੰਪੀਟੀਟਰਸ ਸੀਆਂ ਦੇ ਵਰ ਸੋ ਸਟਰੋਂਗ ਸੋ ਉਹਨਾਂ ਦੇ ਤੀਜਾ ਚੌਥਾ ਕੰਪੀਟੀਸ਼ਨ ਸੀਗਾ ਸੋ ਮੈਨੂੰ ਇਹ ਨਹੀਂ ਸੀ ਲੱਗਦਾ ਕਿ ਮੈਂ ਇਸ ਕੰਪੀਟੀਸ਼ਨ ਦੇ ਵਿੱਚ ਵਿਨ ਕਰ ਪਾਉਂਗੀ ਬਟ ਆਈ ਗਾਟ ਮਾਈ ਫਰਸਟ ਪਲੇਸ ਸੋ ਆਈ ਰੀਲੀ ਪ੍ਰਾਊਡ ਆਫ ਮਾਈ ਸੈਲਫ ਵਿਦ ਥੈਟ ਸਾਡੀ ਕਮਿਊਨਿਟੀ ਦੇ ਵਿੱਚ ਇਹ ਗੱਲ ਕਹਿੰਦੇ ਕਿ ਪਾਵਰ ਲਿਫਟਿੰਗ ਬੋਇਜ਼ ਦੀ ਗੇਮ ਹੈ ਗਰਲਸ ਇਹ ਚ ਪਾਰਟਿਸਿਪੇਟ ਨਹੀਂ ਕਰ ਸਕਦੇ ਤੁਸੀਂ ਪਾਰਟਿਸਿਪੇਟ ਵੀ ਕੀਤਾ ਵਿਨ ਵੀ ਕੀਤਾ ਤਾਂ ਹੁਣ ਉਹਨਾਂ ਗਰਲਸ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਪਾਵਰ ਲਿਫਟਿੰਗ ਬਾਰੇ ਕਮਿਊਨਿਟੀ ਨੂੰ ਮੈਨੂੰ ਐਕਚੁਅਲੀ ਗਰਲਸ ਨੇ ਨਹੀਂ ਨਹੀਂ ਕਿਹਾ ਬਹੁਤ ਆਪਣੇ ਜਿਹੜੇ ਆ ਆ ਇਸ ਜੀਜ਼ ਦੇ ਨਾਲ ਬੋਡੀ ਬਿਲਡਿੰਗ ਦੇ ਨਾਲ ਜੁੜੇ ਜਿਹੜੇ ਬੰਦੇ ਵੀ ਆ ਉਹਨਾਂ ਨੇ ਵੀ ਕਿਹਾ ਸੀ ਕਿ ਜਦੋਂ ਤੁਸੀਂ ਪਾਵਰ ਲਿਫਟਿੰਗ ਕਰਦੇ ਆ ਯੂ ਲੁੱਕ ਲਾਈਕ ਅ ਮੈਨ ਬਟ ਆਈ ਲੁੱਕ ਲਾਈਕ ਅ سیم ਐਜ਼ ਅ ਗਰਲ ਬਟ ਸਟਿਲ ਫੀਲ ਵੀ ਮੈਂ ਕੰਪੀਟ ਕੀਤਾ ਐਂਡ ਮੈਂ ਵਿਨ ਕੀਤਾ ਸੋ ਮੈਂ ਇਹੀ ਚਾਹੁੰਦੀ ਆ ਆਪਣੀਆਂ ਹਰ ਇੱਕ ਕੁੜੀਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਅੱਗੇ ਆਓ ਜੋ ਤੁਸੀਂ ਕਰਨਾ ਚਾਹੁੰਦੇ ਆ ਲਾਈਫ ਦੇ ਵਿੱਚ ਕਰੋ ਸੋ ਯਾ ਸੋ ਵਿਨਿੰਗ ਇਜ਼ ਥੇਰ ਚੈਲੰਜਸ ਤੁਹਾਨੂੰ ਕੋਈ ਫੇਸ ਕਰਨੇ ਪਏ ਨਹੀਂ ਕਿਉਂਕਿ ਐਜ਼ ਅ ਗਰਲ ਕਿ ਪੰਜਾਬੀ ਕਮਿਊਨਿਟੀ ਚ ਤੁਸੀਂ ਇਕੱਲੇ ਗਏ ਹੋ ਇਸ ਗੇਮ ਦੇ ਵਿੱਚ ਚੈਲੰਜਸ ਰਹੇ ਨੇ ਕੋਈ ਜੀ ਹਾਂ ਚੈਲੰਜਸ ਤਾਂ ਬਹੁਤ ਰਹੇ ਆ ਸੋ ਮੇਰੀ ਫੈਮਿਲੀ ਪਹਿਲਾਂ ਤਾਂ ਇਸ ਗੱਲ 'ਤੇ ਐਗਰੀ ਨਹੀਂ ਸੀਗੀ ਕਿ ਮੈਂ ਪਾਵਰ ਲਿਫਟਿੰਗ ਦੇ ਵਿੱਚ ਜਾਵਾਂ ਸੋ ਐਕਚੁਅਲੀ ਉਹਨਾਂ ਨੂੰ ਮੈਂ ਸੱਚ ਦੱਸ ਕਿ ਮੈਂ ਕੰਪੀਟ ਕਰਨੀ ਸੀਗੀ ਪਰ ਜਦੋਂ ਫਿਰ ਮੈਡਲ ਲੈ ਕੇ ਵਾਪਸ ਆਈਆਂ ਦੇ ਆਰ 올 ਹੈਪੀ ਸੋ ਬਹੁਤ ਸਾਰੇ ਲੋਕ ਵੀ ਕਹਿੰਦੇ ਸੀਗੇ ਕਿ ਲਾਈਕ ਓਵਰ 30 ਆ ਤੂੰ ਆ ਤਰੀ ਜ ਕੋਈ ਕੰਪੀਟ ਕਰਨ ਦੀ ਆਈ ਵਾਸ ਲਾਈਕ ਆਮ ਓਵਰ 30 ਆਮ ਨਾਟ 올ਡ ਏਟ ਸੋ ਆਈ ਕੰਪੀਟ ਐਂਡ ਆਈ ਵਿਨ ਸੋ ਇਟ ਜਸਟ ਗਟ ਹੁਣ ਕਿਸੇ ਪੇਰੈਂਟਸ ਨੇ ਅਪਰੋਚ ਕੀਤਾ ਤੁਹਾਡੇ ਲਈ ਕਿ ਅਸੀਂ ਵੀ ਆਪਣੀ ਲੜਕੀ ਨੂੰ ਜਿਹੜਾ ਹੈ ਪਾਵਰ ਲਿਫਟਿੰਗ 'ਚ ਲਜਾਣਾ ਚਾਹੁੰਦੇ ਹਾਂ ਜਾਂ ਤੁਸੀਂ ਕੀ ਮੈਸੇਜ ਜਿਹੜਾ ਦੇਣਾ ਚਾਹੋਗੇ ਹੁਣ ਬੱਚੀਆਂ ਨੂੰ ਜਿਹੜੀਆਂ ਪੰਜਾਬੀ ਕਮਿਊਨਿਟੀ ਦੇ ਨਾਲ ਖਾਸ ਕਰਕੇ ਸਬੰਧਤ ਹੈਗੀਆਂ ਨੇ ਮੈਨੂੰ ਉਸ ਤੋਂ ਬਾਅਦ ਇੱਕ ਦੋ ਜਾਣਿਆਂ ਦੇ ਮੈਸੇਜ ਆਏ ਆ ਸੋ ਮੈਨੂੰ ਆ ਉਹਨੇ ਕਿਹਾ ਕਿ ਮੈਂ ਰੀਲੀ ਚਾਹੁੰਦਾ ਹਾਂ ਕਿ ਮੇਰੀ ਡਾਟਰ ਤੁਹਾਡੇ ਵਾਂਗੂ ਬਣੇ ਐਂਡ ਕੰਪੀਟ ਕਰੇ ਗਾਂ ਪਾਵਰ ਲਿਫਟਿੰਗ ਦੇ ਵਿੱਚ ਸੋ ਮੈਨੂੰ ਉਹਨਾਂ ਨੇ ਟ੍ਰੇਨਿੰਗ ਲਈ ਵੀ ਪੁੱਛਿਆ ਜਸ ਟਾਈਮ ਨਹੀਂ ਹੋਣ ਦਾ ਕਰਕੇ ਸੋ ਮੈਂ ਹਜੇ ਟ੍ਰੇਨਿੰਗ ਨਹੀਂ ਕਰਦੀ ਕਿਸੇ ਵੀ ਤਰ੍ਹਾਂ ਦੀ ਕਜ਼ ਮੇਰਾ ਕਨਸੈਂਟਰੇਟ ਸਾਰਾ ਸਿਰਫ ਮੇਰੇ ਆਪਣੇ ਆਪ ਤੇ ਹੀ ਹੈ ਹਜੇ ਸੋ ਆਮ ਆਵਣਾ ਕੰਪੀਟ ਇਨ ਮੋਰ ਗੇਮਸ ਐਂਡ ਯਾ ਫਿਊਚਰ ਪਲਾਨਿੰਗ ਸਕੀ ਨੇ ਮੋਰ ਗੇਮਸ ਨਾਲ ਨਾਲ ਹੋਰ ਤੁਸੀਂ ਕੀ ਕੁਝ ਜਿਹੜਾ ਕਰਨਾ ਚਾਹੁੰਦੇ ਹੋ ਕਿਹੜੇ ਕਿਹੜੇ ਕੰਪੀਟੀਸ਼ਨਸ ਦੇ ਵਿੱਚ ਜਿਹੜਾ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਸੋ ਪਾਵਰ ਲਿਫਟਿੰਗ ਦੇ ਵਿੱਚ ਮੈਂ ਨੈਸ਼ਨਲ ਲੈਵਲ ਤੇ ਖੇਲਣਾ ਚਾਹੁੰਦੀ ਆ ਸੋ which is actually my uh, dream ਐਂਡ ਆਲਸੋ ਨਾਲ ਦੀ ਨਾਲ ਆਫਕੋਰਸ ਕੀ ਮੈਂ ਆਮ ਕੋਰਸ ਕੀਤਾ ਹੋਇਆ ਆ ਆ ਪਰਸਨਲ ਟ੍ਰੇਨਿੰਗ ਦਾ ਸੋ ਹੌਲੀ ਹੌਲੀ ਆ ਵੀਲ ਟ੍ਰਾਈ ਮੈਂ ਕੀ ਮੈਂ ਪਰਸਨਲ ਟ੍ਰੇਨਿੰਗ ਵੀ ਨਾਲ ਦੀ ਨਾਲ ਸ਼ੁਰੂ ਕਰਾਂ ਬਹੁਤ ਬਹੁਤ ਧੰਨਵਾਦ। ਥੈਂਕ ਯੂ so much। ਸੁਇਸਨ ਸੰਦੀਪ ਸੈਂਡੀ ਜਿਨ੍ਹਾਂ ਨੇ ਕਿ ਪਾਵਰ ਲਿਫਟਿੰਗ ਗੇਮ ਦੇ ਵਿੱਚ ਨਾ ਸਿਰਫ ਪਾਰਟਿਸਿਪੇਟ ਕੀਤਾ ਜਿੱਤ ਕੇ ਵੀ ਦਿਖਾਇਆ। ਸੋ ਇਸ ਤਰ੍ਹਾਂ ਦੇ ਨਾਲ ਸਾਡੀ ਕਮਿਊਨਿਟੀ ਦੇ ਵਿੱਚ ਚਰਚਾ ਹਮੇਸ਼ਾ ਚੱਲਦੀ ਹੈ ਕਿ ਪਾਵਰ ਲਿਫਟਿੰਗ ਵਰਗੀਆਂ ਜਿਹੜੀਆਂ ਗੇਮਜ਼ ਨੇ ਉਹ ਸਿਰਫ ਬੁਆਏਜ਼ ਦੇ ਲਈ ਨੇ ਗਰਲਜ਼ ਦੇ ਲਈ ਨਹੀਂ ਹੈਗੀਆਂ। ਪਰ ਇਹਨਾਂ ਨੇ ਉਹ ਧਾਰਨਾ ਨੂੰ ਵੀ ਤੋੜਿਆ ਤੇ ਜਿੱਤ ਕੇ ਵੀ ਦਿਖਾਇਆ। ਉਮੀਦ ਹੈ ਕਿ ਇਸ ਦੇ ਨਾਲ ਬਦਲਾਅ ਦੀ ਪਹਿਲ ਕਦਮੀ ਜ਼ਰੂਰ ਹੋਏਗੀ ਤੇ ਇਸ ਸਿੱਧੇ ਰੂਪ ਦੇ ਵਿੱਚ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਖੇਡ ਕੇ ਕਮਿਊਨਿਟੀ ਦਾ ਨਾਮ ਜਿਹੜਾ ਉਹ ਜ਼ਰੂਰ ਰੌਸ਼ਨ ਕਰਨਗੇ ਕੈਮਰਾਮੈਨ ਅਮਿਤ ਦੇ ਨਾਲ ਅਰਸ਼ਦੀਪ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ